ਦੋਸਤੋ, ਅਗਰ ਤੁਸੀਂ ਕਬੱਡੀ ਦੇ ਰੋਜ਼ਾਨਾ ਨਵੇਂ ਮੈਚਸ ਦੀ ਵੀਡੀਓਜ਼ ਦੇਖਣਾ ਚਾਹੁੰਦੇ ਹੋ, ਸਾਡਾ ਯੂਟਿਊਬ ਚੈਨਲ ਕਬੱਡੀ ਤਰੇਟ ਜ਼ਰੂਰ ਸਬਸਕ੍ਰਾਈਬ ਕਰੋ ਔਰ ਇਸ ਦੇ ਨਾਲ ਬੈੱਲ ਆਈਕਨ ਦੇ ਬਟਨ ਨੂੰ ਵੀ ਦਬਾ ਦਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਬਰ ਵਕਤ ਮਿਲਦਾ ਰਹੇ। ਮਾਰੋ ਤਾੜੀਆਂ ਸ਼ੇਰ ਨੂੰ ਦੇ ਥਾਪੀ ਭਾਈ ਮੋਬਾਈਲ ਵਾਲੇ ਵਾਸਤੇ ਐਸੇ ਮਿੱਟੀ ਨਾ ਵਾਸਤਾ ਚਨੋੜ ਦਾ ਬੱਬਰ ਸ਼ੇਰ ਸਾਹਿਬ ਦਾ ਬਲੋਚ ਨਾਲ ਲੱਗਾ ਹੈ ਮੁਹੰਮਦ ਨਵੀਦ ਜੱਟ ਕੇ ਵਾਲਾ ਜਿਹੜਾ ਫੜਿਆ ਮੁੰਡੇ ਨੇ ਕਰ ਗਿਆ ਚੜਾਈ ਚੱਪੀ ਪਾਉਣ ਲੱਗਾ ਪੜਾਏ ਨੰਬਰ 71 ਦਾ ਨੰਬਰ 71 ਦਾ ਔਰ ਇੱਕ ਵਾਰੀ ਫੇਰ ਮੈਂ ਆਪਣੇ ਮੋਹਤਰਮ ਰਈ ਸਾਹਿਬ ਦਾ ਸ਼ੁਕਰੀਆ ਅਦਾ ਕਰਦਾ। ਪਹਿਲੀ ਕਬੱਡੀ ਭਾਈ ਅਫਸਰ ਸਾਹਿਬ ਬਹੁਤ ਸ਼ੁਕਰੀਆ ਤੁਹਾਡਾ ਸਾਹਿਬ ਮੁੰਡਾ ਪਿੰਡ ਜਨੂਨ ਕਬੱਡੀ ਕਲੱਬ ਟੀਮਾਂ ਗਰਾਉਂਡ ਅਜੇ ਜੀ ਨੌਜਵਾਨ ਹਾਫਜ਼ ਮੁਹੰਮਦ ਆਸਮ ਆਸਫ ਮੌਦੇ ਦਾ ਛੋਟਾ ਵੀਰਾ ਕਬੱਡੀ ਪਾਉਣ ਵਾਸਤੇ ਚੱਲ ਪਈ ਹਾਫਜ਼ ਤੈਨੂੰ ਰੱਬ ਦੀਆਂ ਰੱਖਾਂ ਪਾਸ ਹੋਣਿਆ ਕਬੱਡੀ ਕਹਿੰਦਾ ਸੱਜਣੋ ਨੰਬਰ ਲੈਣ ਮੈਂ ਚੱਲਿਆ ਕਾਂਡਿਆਂ ਦੇ ਨਾਲ ਖੇਡ ਮੈਂ ਚੱਲਿਆ ਰੱਬ ਦੇ ਅੱਗੇ ਮੱਥਾ ਟੇਕ ਕੇ ਉੱਚੀ ਥਾਂ ਤੇ ਬਹਿਣ ਮੈਂ ਚੱਲਿਆ ਨੌਜਵਾਨ ਹਾਫਜ਼ ਮੁਹੰਮਦ ਆਸਮ ਬੱਬਰ ਸ਼ੇਰ ਟੱਚ ਮਾਲਿਕ ਪਰਦੇ ਵਾਲਿਆ ਉਹਦੇ ਦੱਸਦੇ ਹਲੋ ਬੱਬਰ ਸ਼ੇਰ ਤੇ ਆਇਆ ਉੱਤੇ ਨਹੀਂ ਭਾਈ ਭਾਈ ਕਰਾਉਣ ਨੂੰ ਬੰਦ ਕਰੀ ਨਹੀਂ ਤਾਂ ਬਸ ਕਰ ਦੂੰਗਾ ਅਸੀਂ ਕਰਨਾ ਸਾਰਾ ਕੰਮ ਆਪੇ ਚੱਲ ਵੀ ਸੋਹਣਿਆ ਪਾ ਕਬੱਡੀ ਮਾਰੋ ਤਾੜੀਆਂ ਪਾਕਿਸਤਾਨ ਦਾ ਕਪਤਾਨ ਕਬੱਡੀ ਦੇ ਉੱਤੇ ਇਸ ਟਾਈਮ ਸਦਕੇ ਜਾਵਾਂ ਮੁਹੰਮਦ ਇਰਫਾਨ ਮਾਨਾ ਚੱਕ ਦਿੱਤੇ ਹਾਣੀਆਂ ਸਦਕੇ ਉਹ ਲੱਗਾ ਹੈ ਮੁੰਡਾ ਨਾਲ ਕਹਿੰਦਾ ਪਿੰਡ ਦੇ ਬੱਚਾ ਹੈ ਭਾਵੇਂ ਚੌਕੀ ਏ ਜੱਟ ਪੁੱਠਿਆਂ ਕੰਮਾਂ ਦਾ ਸ਼ੌਕੀ ਏ ਜੱਟ ਉੱਚਿਆਂ ਕੰਮਾਂ ਦਾ ਸ਼ੌਕੀ ਏ ਨੰਬਰ ਜੱਟ ਦਾ ਅਗਲੀ ਕਬੱਡੀ ਪਾਉਣ ਵਾਸਤੇ ਮੁੰਡਾ ਇੱਕ ਵਾਰੀ ਫਿਰ ਤਿਆਰ ਬਰ ਤਿਆਰ ਆਸਮ ਮੌਲੇ ਇੱਕ ਬੰਦਾ ਮਾਨੇ ਜੱਟ ਵਾਸਤੇ 1000 ਰੁਪਏ ਦਾ ਮਾਨ ਸਨਮਾਨ ਜਵੇਦ ਗੁਜ਼ਾਰ ਦੀ ਤਰਫੋਂ ਮਾਨੇ ਜੱਟ ਦਾ ਮਾਨ ਸਨਮਾਨ ਮੇਰੇ ਮੁਹਤਰਮ ਜਨਾਬ ਚੌਧਰੀ ਮੁਹੰਮਦ ਜਵੇਦ ਗੁੱਜਰ ਸਾਹਿਬ ਜਵੇਦ ਗਲਵਜ਼ ਵਾਲੇ ਨੀਲਾ ਗੁੱਜਰ ਸਾਹਿਬ ਉਸਤਾਦ ਸ਼ਹਿਬਾਜ਼ ਅਲੀ ਬੰਦੇਸ਼ਾ ਸਾਹਿਬ ਮੇਰੇ ਸਟੇਜ ਦੀ ਰਣਤ ਬਣੇ ਆਨਰ ਬੰਦੇਸ਼ਾ ਕਬੱਡੀ ਕਲੱਬ ਕੋਚ ਪਾਕਿਸਤਾਨ ਵਾਪਦਾ ਲਾਹੌਰ ਇਹਨਾਂ ਦੀਆਂ ਮੁਹੱਬਤਾਂ ਦਾ ਬਹੁਤ ਸ਼ੁਕਰੀਆ ਪਾਕਿਸਤਾਨ ਦੀ ਕਬੱਡੀ ਦੀ ਤਾਰੀਖ ਦੀ ਗੱਲ ਕਰੀਏ ਤੇ ਸ਼ਹਿਬਾਜ਼ ਬੰਦੇਸ਼ੇ ਦਾ ਨਾਂ ਸੁਨਹਿਰੀ ਅੱਖਰਾਂ ਦੇ ਨਾਲ ਲਿਖਿਆ ਜਾਏਗਾ ਇਸ ਨੌਜਵਾਨ ਨੇ ਤਗੜੇ ਬੱਬਰ ਸ਼ੇਰ ਪਾਕਿਸਤਾਨੀ ਟੀਮ ਨੂੰ ਦਿੱਤੇ ਇੱਧਰ ਵੇਖੋ ਜੀ ਨੌਜਵਾਨ ਰਾਣਾ ਆਤੀ ਨਾਲ ਲੱਗਾ ਹੋਇਆ ਉਸਤਾਦ ਖਾਲਦ ਤੇਰੇ ਬਿਨਾ ਭਰੀ ਹੋਈ ਜ਼ਿੰਦਗੀ ਉੱਧਰ ਆਤੀ ਉੱਧਰ ਖਾਲਾ ਬੱਬਰ ਸ਼ੇਰ ਹਾਏ ਰਾਮ ਮੱਲਿਆ ਮੁੰਡੇ ਨੇ ਓ ਪਰ ਕਹਿੰਦੇ ਆਈ ਜਵਾਨੀ ਛਲ ਮਸਤਾਨੀ ਨਹੀਂ ਲਗਾਇਆ ਲੁੱਕ ਦੀ ਗਿੱਠ ਗਿੱਠ ਪੈਰ ਜ਼ਮੀਨ ਤੋਂ ਉੱਚੇ ਮੋਢੇ ਆਉਂਦੇ ਥੁੱਕਦੇ ਤੇਰਾ ਬਿਰਾਣਾ ਤੇ ਤੇਰਾ ਇਨਾਮ ਹੈ ਰਾਣੇ ਮੁਹੰਮਦ ਆਤਫ ਵਾਸਤੇ 500 ਰੁਪਇਆ ਮਾਨ ਸਨਮਾਨ ਮੇਰੇ ਮੋਹਤਰਮ ਜਵੇਦ ਚੱਲ ਪੀ ਸੋਹਣਿਆ ਪਾ ਕਬੱਡੀ ਕਬੱਡੀ ਪਾਏਗਾ ਨੌਜਵਾਨ 7 ਬਲੋਚ ਨਫੀਸ ਗੁੱਜਰ ਲੱਗਾ ਹੈ ਨਾਲ ਨੰਬਰ 7 ਬਲੋਚ ਦਾ ਆਸਮ ਮੌਲੇ ਚੱਲ ਪੀ 7 ਬਲੋਚ ਨੰਬਰ ਦਾ ਕੀਤਾ ਵਾਧਾ ਕਬੱਡੀ ਪਾਉਣ ਵਾਸਤੇ ਮੁਹੰਮਦ ਇਰਫਾਨ ਮਾਨਾ ਜੱਟ ਗੁੱਡੇ ਹਾਣੀਆਂ ਜੱਟ ਤੁਰ ਪਿਆ ਕਬੱਡੀ ਪਾਉਣ ਵਾਸਤੇ ਕਹਿੰਦਾ ਰੋਕ ਲਈ ਵੀ ਜਿੰਨੇ ਅੱਜ ਰੋਕਣਾ ਜੱਟ ਚੱਲਿਆ ਪਾਲੇ ਨੂੰ ਹੱਥ ਲਾ ਕੇ ਜੱਟ ਚੱਲਿਆ ਪਾਲੇ ਨੂੰ ਹੱਥ ਲਾ ਕੇ ਚੱਲ ਵੀ ਜੱਟਾ ਤੈਨੂੰ ਰੱਬ ਦੀਆਂ ਰੱਖਾਂ ਬੱਲੇ ਲੱਗਾ ਹੈ ਖੱਬੀ ਕੰਨੀਆਂ ਮੁੰਡਾ ਇੱਥੇ ਲੱਗੇਗਾ ਪਤਾ ਨੌਜਵਾਨ ਮੁਹੰਮਦ ਸ਼ਕੀਲ ਜੱਟ ਨੇ ਕੋਸ਼ਿਸ਼ ਕੀਤੀ ਹੈ ਪਰ ਨੰਬਰ ਮਾਨੇ ਜੱਟ ਦਾ ਕਬੱਡੀ ਪਾਏਗਾ ਹਾਫਜ਼ ਮੁਹੰਮਦ ਆਸਮ ਚੱਲ ਪਈ ਆਸਮ ਪਾ ਕਬੱਡੀ ਚੀਰ ਦਾ ਹਵਾਵਾਂ ਲੰਘੇ ਜ਼ੋਰ ਨਾਲ ਵੇਖਣਾ ਇਹਦੀ ਅੱਜ ਖੇਡ ਜ਼ਰਾ ਗੌਰ ਨਾਲ ਵੇਖਣਾ ਉਹ ਲੱਗਾ ਹੈ ਨਵੀਨ ਜੱਟ ਖਿੱਚ ਫੁੱਟੀ ਮੁੰਡੇ ਨੇ ਮਾਰਦੇ ਚਾਫੀ ਦੀਆਂ ਤਾਰੀਆਂ ਇੱਥੇ ਬੱਲੇ 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 ਕਹਿੰਦਾ ਐਵੇਂ ਨਹੀਂ ਰਾਇਲ ਕਿੰਗ ਵਾਲਿਆਂ ਮੈਨੂੰ ਮੋਟਰਸਾਈਕਲ ਮਾਨ ਸਨਮਾਨ ਕੀਤਾ ਨੌਜਵਾਨ ਨਵੀਨ ਜੱਟ ਨੇ ਨੰਬਰ ਦਾ ਕੀਤਾ ਹੈ ਵਾਧਾ ਅਗਲੇ ਮੈਚ ਵਾਸਤੇ ਜਾਬਰ ਕੰਬੋ ਔਰ ਸ਼ਹਿਰਾਮ ਸਾਜਿਦ ਪੁੱਟੋ ਟੀਮਾਂ ਲੈ ਕੇ ਗਰਾਉਂਡ ਤੇ ਪਹੁੰਚ ਜਾਣ ਔਰ ਮੇਰੇ ਵੀਰ ਨੀਲੇ ਗੁੱਜਰ ਵੱਲੋਂ ਜਵੇਦ ਗਜ਼ਾਫ ਦੀ ਤਰਫੋਂ 500 ਰੁਪਏ ਇਸ ਮੁੰਡੇ ਦਾ ਮਾਨ ਸਨਮਾਨ ਜਾਫੀ ਦਾ ਕਬੱਡੀ ਪਾਉਣ ਵਾਸਤੇ ਕਰੀ ਫਿਰ ਵੱਡੂ ਬੱਬਰ ਸ਼ੇਰ ਚੱਲ ਪੀ ਵੱਡੂਆ ਪਾ ਕਬੱਡੀ ਉਸਤਾਦ ਮਾਨਾ ਜੱਟ ਹੈ ਮੁੰਡੇ ਦਾ ਪਿੰਡ 56 ਜੀਮ ਦੇ ਛੋਟਾ ਕਿਆਲਾ ਠੱਪੀ ਕੰਨੀਆਂ ਮੁੰਡਾ ਲੱਗਾ ਹੈ ਨੌਜਵਾਨ ਬਸ਼ੀਰ ਅਹਿਮਦ ਪਰ ਨਹੀਂ ਕਹਿੰਦੇ ਬਸ਼ੀਰ ਨਾ ਸਦਕੇ ਜਾਵਾਂ ਗੱਡੀਆਂ ਤੇਜ਼ ਨੇ ਬੱਬਰ ਸ਼ੇਰਾ ਅਗਲੀ ਕਬੱਡੀ ਪਾਉਣ ਵਾਸਤੇ ਨੌਜਵਾਨ ਇੱਕ ਰਫੇਰ ਨੌਜਵਾਨ ਮੁਹੰਮਦ ਅਮੈਰ ਸ਼ੀਨਾ ਚੱਲ ਪਈ ਜੱਟਾ ਪਾਹ ਕਬੱਡੀ ਮੁਹੰਮਦ ਅਮੈਰ ਸ਼ੀਨਾ ਬੱਗਾ ਨਸ਼ੋ ਪਿੰਡਾ ਮੁੰਡੇ ਦਾ 21 ਸਾਲ ਉਮਰ ਹੈ ਪਿੰਡ 53 ਜੀਮ ਦੇ ਮੁੱਲਾਪੁਰ ਹੈ ਲੱਗੇਗਾ ਪਤਾ ਉਹ ਲੱਗਾ ਹੈ 2 ਨੰਬਰ ਦਾ ਮੁੰਡਾ ਖੱਬੇ ਕਰਾਸ ਤੋਂ ਪਰ ਕੰਮ ਨਹੀਂ ਬਣਿਆ
अगले मैच वास्ते जनून जनून कबड्डी क्लब उस्ताद अमर शकील और 53 जीम के सजादा उस्ताद मोहम्मद अशफाक छातन जट आपको अपने बब्बर शेर लैके ग्राउंड आ जाओ अगली कबड्डी पाने वास्ते। कहते ने मुंडे का नाम है महाना जट, दुनिया का सियाणा कबड्डर कहा गया गबरू नूं। चल के मुंडे कप्तानी की एयरफोर्स के मुंडे ने पाकिस्तान की कौमी टीम का कप्तान कबड्डी के उपर हाए कहना फर्क के टौलिया च पैंदियां ने छलियां जट दियां रेडां ने कोई जांदियां नहीं छलियां। इधर आवां नजर मेरे वास्ते 1000 रुपये का मान सम्मान है जवेद गुलाब की तरफों जिंदाबाद। और एक तरह जरा कहना नौजवान कबड्डी के प्रमोटर सलाम पेश करते हैं जो गबरू होना पाया जवेद गुलाब फैसलाबाद चौधरी मुहम्मद जवेद गुजर साहब इन्होंने लाल लाल चौधरी नीला गुजर साहब और मेरे मोहतरम सैयद नूरुल हसन शाह साहब मेरे ग्राउंड की रौनक बनते पे ने जनाब दिया मुहब्बत का बहुत शुक्रिया सैयद नूरुल हसन शाह साहब। और कहते ना कि घर सब तो उच्चा सादात का है उच्चा इस तो होर घर बार कोई नहीं। सैयद नूरुल हसन शाह साहब खुश आमदूद जी आया इधर नौजवान का मान सम्मान जवेद गुलाब की तरफों 500 रुपया जिंदाबाद हासा कबरों तो अपना इनाम लाला बबर शेरा और सैयद नूरुल हसन शाह साहब एक फिर खुश आमदीद कबड्डी पाने वास्ते वड्डू बबर शेर चल पी वड्डू पा कबड्डी मुंडा कबड्डी 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 करता हुआ और लगा है खप्पी कदियों मुहम्मद शकील एक फिर नौजवान ने धौन से धरी है गादर वर्गी बहा ए तुर पिया नाल मुंडा कट्टी तेज है चातक तगड़ा लग गया बल्ले बल्ले खप्पे सच्चे उत्ते थल्ले और मैं तो झगे का नाम मुंडे लाल लैने कंप्यूटर को फिट कर लिया मारे तो अन्ना जाफरी बना जी है जाफरिया इधर 1000 रुपया जाफरिया तेरा इनाम होगा इधर आप अपर शेरा तेरे वास्ते 1000 रुपया जवेद ग्लव्स चौधरी मोहम्मद जवेद गुजर साहब की तरफों इन्होंने यकीन करे जी नैशनल कबड्डी चैंपियनशिप के फाइनल से 1000 रुपया नौजवानों ने इनामत किए। इधर कबड्डी पैंदी पई नौजवान हाफिज मोहम्मद आसम चल पी आसम पा कबड्डी मुंडिया दो नंबर तो नफीस गुजर ने गिट्टा फड़न वाली गल की पर कहता हाफिज मैं भी दर्ज कर रहा 12 साल नंबर कबड्डर का कबड्डी पाएगा राणा मोहम्मद आतफ सदके जावा नौजवाना पाह कबड्डी मुंडा एक करी फिर कबड्डी 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 करता हो एक करी फिर खेड़ मैदान गबरू की कबड्डी और लगा है उस्ताद खालिद बल्ले उस्ताद खालिद इलाके का मनिया परमनिया ना पर नंबर कबड्डर का नंबर राणे आती का नंबर राणे मोहम्मद आतफ का कबड्डी पाएगा मोहम्मद अमैर शीना चल बजता पा कबड्डी जट पुत की कबड्डी एक करी फिर एक कनी नवीद जट नाल खोता है नौजवान मोहम्मद इमरान छोटा माना जट बबर शेर दूजी कनी नफीस गुजर और लगा है नवीद जट इधर शीना बल्ले आए हम दूर सदके जावा नौजवाना तेन रब दिया रखा है तारियां मार दो मुंडे दिया करो नंबर कबड्डर का नंबर कबड्डर का कबड्डी पाने वास्ते दुनिया एक कबड्डी का समझदार कबड्डर मोहम्मद इरफान माना जट हिंद सिंध कश्मीर बुलान गिलगित यूके की करा जी धुम्मा तेरिया ने अल्लाह पाक ने तेरी हल्ला ज रखी हुई इज्जत बहुत बधेरिया ने नंबर मोहम्मद इरफान माने जट का। अगले मैच वास्ते जनून कबड्डी क्लब मुंडा पिंड उस्ताद अमर शकील मरूफ अहमद जट बा मुकाबला पिल्लू कबड्डी क्लब चक नंबर 51 जीम पे सजादा उस्ताद मोहम्मद अशफाक छातन जट बबर शेर टीम लैके करे ग्राउंड आ जाओ जिंदाबाद जी सख्त बलोच ने नंबर का किया वाधा और एक करी फिर उस्ताद फलक शेर रईस साहब को मुबारकबाद देने मुल्क पाकिस्तान के सुपरस्टार प्लेयर इस 49 मोने के पिंड धरती के उपर अपनी खेड विखाते पे ने राशन मरना हो टक्कर उधर राणा आपकी बल्ले जवानियां खेंदियां हाए लगेगा पता वो बच्ची कैंची पर नंबर राणे आपकी का तालियां मार दो अगर कौटी चंगी हो गई है जिंदाबाद यूट्यूब के उपर सा पेज कबड्डी त्रेख मेरा वीरा फैजल अपलोड करेगा और लाइव मैच चल माना तो राणा आती भी कहते कौडी पैनी चाहिए सानू यही नहीं देख रहे हैं इधर राणा आती है तेरे वास्ते 500 रुपया मान सम्मान अपना इनाम लै लिया जवेद गुलाब की तरफों जिंदाबाद सदके उधर पई जफी हो कहता मैं तो माइया इंज मिलते जिमें टिच पटना की जोड़ी नंबर नवीद जट का नंबर मोहम्मद नवीद जट का सदके जावा अगली कबड्डी कौन पाएगा अगली कबड्डी पाने वास्ते मोहम्मद इरफान माना जट दिते हानिया बब्बर शेर चल भी जटा पा कबड्डी तेन रब दिया रखा सदके जावा नौजवाना नंबर वन तो अगे नहीं कोई नंबर जे कोई हुंदा ते पेश जरूर करता इस जग ते अगे मशहूर है तू
ਪਹੁੰਚ ਹੁੰਦੀ ਤੇ ਹੋਰ ਮਸ਼ਹੂਰ ਕਰਦਾ। ਟੱਚ ਮਾਰਨ ਦੀ ਕੋਸ਼ਿਸ਼ ਕੀਤੀ ਮੁਹੰਮਦ ਬਸ਼ੀਰ, ਮੁਹੰਮਦ ਸ਼ਕੀਲ ਵਰਗੇ ਨੌਜਵਾਨ, ਰਾਸ਼ਦ ਮਲਕ ਵਰਗੇ ਬੱਬਰ ਸ਼ੇਰ, ਉਹ ਮਾਰਿਆ ਟੱਚ ਪੈਰ ਦੇ ਨਾਲ, ਹਾਏ ਹੱਸਦਾ ਹੀ ਰਹਿੰਦਾ ਨਾਲੇ ਨਖਰੇ ਜੇ ਕਰਦਾ, ਤਾਂ ਤੇ ਜ਼ਮਾਨਾ ਇਹਦੀ ਖੇਡ ਤੇ ਮਰਦਾ। ਨੌਜਵਾਨ ਮੁਹੰਮਦ ਇਰਫਾਨ ਮਾਨਾ ਜੱਟ, ਸਦਕੇ ਜਾਵਾਂ ਦਾਊਦ ਰਜੋਕਾ ਸਾਹਿਬ, ਤੁਹਾਡੇ ਪਿਆਰ ਦਾ ਵੀ ਬਹੁਤ ਸ਼ੁਕਰੀਆ, ਜ਼ਿੰਦਾਬਾਦ। 56 ਚੀਨ ਦੇ ਛੋਟਾ ਕਿਆਲਾ, ਇੱਧਰੋਂ ਪਈ ਕਬੱਡੀ ਅਮੈਰ ਸ਼ੀਨੇ ਦੀ, ਸ਼ੀਨਾ ਜੱਟ ਕਦੇ ਫੇਰ ਕਬੱਡੀ ਦੇ ਉੱਪਰ ਦੋ ਨੰਬਰ ਤੱਕ ਗੱਭਰੂ ਨੇ ਕਿੱਟਾ ਖਿੱਚਿਆ, ਪਰ ਜੱਟ ਕਹਿੰਦਾ ਦੋ ਨੰਬਰ ਕਬੱਡਰ ਦਾ। ਸਟੇਜ ਦੇ ਉੱਪਰ ਸੈਯਦ ਨੂਰ ਹਸਨ ਸ਼ਾਹ ਸਾਹਿਬ ਤਸ਼ਰੀਫ ਫਰਮਾ ਨੇ। ਇਹਨਾਂ ਦੇ ਨਾਲ ਮੈਂ ਬੇਨਾ ਪਿਆ ਕਿ ਪਾਕਿਸਤਾਨ ਦੀ ਕਬੱਡੀ ਦੇ ਤਗੜੇ ਪ੍ਰਮੋਟਰ, ਕਬੱਡੀ ਦੇ ਨਾਲ ਮਾਲੀ ਮਾਮਲਤ ਕਰਨ ਵਾਲੇ ਮੇਰੇ ਵੀਰ ਚੌਧਰੀ ਮੁਹੰਮਦ ਜਵੇਦ ਗੁੱਜਰ ਸਾਹਿਬ, ਜਵੇਦ ਗਲਵਜ਼ ਵਾਲੇ, ਇਹਨਾਂ ਦੇ ਨਾਲ ਨਾਲ ਮੇਰੇ ਮੁਹਤਰਮ ਚਲ ਵੱਡੇ ਭਾਈ ਮਾਨੇ। ਕਮੇਟੀ ਕਹਿੰਦੀ ਹੈ ਕਿ ਰਾਣਾ ਆਤੇ ਤੇ ਮਾਨਾ ਜੱਟ ਕੌਡੀ ਪਾ ਲਓ, ਆ ਮੁੰਡਾ ਨਿਕਾ ਕਹਿੰਦੇ ਕੌਡੀ ਨਾ ਪਾ ਲਓ, ਠੀਕ ਹੈ ਭਾਜੀ। ਭਾਈ ਫਰਖਸ਼ਾ ਭਾਈ ਸਾਹਿਬ ਦਾ ਤੁਹਾਡਾ ਮੈਸੇਜ ਦਿੱਤਾ, ਸਦਕੇ ਇੱਧਰ ਵੱਡੂ ਉਹ ਲੱਗਾ ਪੁੱਤ ਫੜੇ ਮੁੰਡੇ ਨੇ, ਬਾਹਰ ਫੜ ਗਈ, ਹਾਏ ਕਹਿੰਦਾ ਤੇਰੇ ਹੱਥ ਵਿੱਚ ਬਾਹਰ ਕਿਵੇਂ ਦੇਵਾ, ਭਾਈ ਲੱਜ ਮਾਰੇ ਮਾਪਿਆਂ ਦੀ, ਲੱਜ ਮਾਰੇ ਮਾਪਿਆਂ ਦੀ। ਕਬੱਡੀ ਪਾਏਗਾ ਸੱਤ ਬਲੋਚ, ਨਾ ਸੋਚ ਆ ਗਿਆ ਬਲੋਚ, ਬਲੋਚ ਦੀ ਕਬੱਡੀ ਇਸ ਟਾਈਮ। ਬਾਜ ਵਾਂਗ ਖਿਲਾਰੀਆਂ ਹੋਈਆਂ ਮੁੰਡੇ ਨੇ ਬਾਹਾਂ, ਉੱਧਰ ਦੇ ਬੰਦੇ ਛੋਟਾ ਮਾਨਾ, ਉੱਧਰ ਨਵੀਦ ਜੱਟ ਵਿੱਚ ਨਫੀਸ ਗੁੱਜਰ ਵਰਗੀ ਕੰਧ ਖਲੋਤੀ ਹੋਈ ਆ, ਨਾਲ ਨਾਲ ਫਸਲੇ ਹੱਕ ਗੁੱਜਰ ਬੱਲੇ, ਨਫੀਸ ਗੁੱਜਰ ਨੇ ਲੱਕ ਭਰਿਆ। ਪਰ ਕਹਿੰਦਾ ਨਹੀਂ ਐਸੇ ਨਹੀਂ ਹੋਗਾ, ਜਿਸ ਕੋ ਲੜੇਗਾ ਉਸ ਕੋ ਗਿਸ ਚੜੇਗੀ ਭਾਈ, ਐਸੇ ਨਹੀਂ ਹੋਗਾ ਭਾਈ। ਦਸ ਦਾ ਇਸ਼ਾਰਾ ਕਿ ਡਬਲ ਟੱਚ, ਨਾ ਗੁੱਲੀ ਨਾ ਕੰਡਾ ਨਾ ਗੇਂਦ ਤੇ ਬੱਲਾ, ਸਾਡੀ ਖੇਡ ਹੈ ਕਬੱਡੀ, ਬੰਦਾ ਕੱਲੇ ਨੂੰ ਕੱਲਾ। ਅਗਲੀ ਕਬੱਡੀ ਪਾਉਣ ਵਾਸਤੇ ਮੁਹੰਮਦ ਇਰਫਾਨ ਮਾਨਾ ਜੱਟ, ਪਾਕਿਸਤਾਨ ਕੇ ਦੁਨੀਆ ਦਾ ਜੇਤੂ ਕਬੱਡਰ, ਕਬੱਡੀ ਦੇ ਪਰੋਸ ਚਾਚੇ ਮੁਹੰਮਦ ਰਮਜ਼ਾਨ ਜੱਟ ਦਾ ਬੱਬਰ ਸ਼ੇਰ ਪੁੱਤਰ, ਪਿੰਡ 56 ਜੀਂਬੇ ਇਲਾਕਾ ਜਾਣਦਾ ਹੈ ਮੁੰਡੇ ਨੂੰ ਕਿ ਮਲਕ ਰਾਸ਼ਦ ਨਾਲ ਟੱਚ ਮਾਰਿਆ ਮੁੰਡੇ ਨੇ, ਫਿਰ ਇੱਕ ਵਾਰੀ ਹੱਸ ਕੇ ਨਾਲੇ ਘੂਰਦਾ ਨਾਲੇ ਹੈ ਪਿਆਰ ਕਰਦਾ, ਜੱਟ ਵੇਖ ਲਓ ਨਖਰੇ ਹਜ਼ਾਰ ਕਰਦਾ। ਅਗਲੀ ਕਬੱਡੀ ਪਾਉਣ ਵਾਸਤੇ ਚੱਲ ਪੀ ਹਾਫਜ਼ ਪਾ ਕਬੱਡੀ, ਤੈਨੂੰ ਰੱਬ ਦੀਆਂ ਰੱਖਾਂ ਕਿ ਦਿਲ ਨੂੰ ਸੋਚ ਵਿਚਾਰ ਬੜੇ ਨੇ, ਪਿਆਰ ਦੇ ਵਿੱਚ ਆਜ਼ਾਰ ਬੜੇ ਨੇ, ਕਿਧਰੇ ਧੋਖਾ ਦੇ ਨਾ ਜਾਵੀ, ਤੇਰੇ ਤੇ ਇਤਬਾਰ ਬੜੇ ਨੇ ਤੇ ਮੁਸ਼ਕਿਲ ਪਈ ਤੇ ਖੁੱਲੀਆਂ ਅੱਖਾਂ, ਐਵੇਂ ਭੁੱਲ ਸੀ ਯਾਰ ਬੜੇ ਨੇ ਤੇ ਨਾਜ਼ ਹੋਰੀ ਵੀ ਖਾ ਗਏ ਧੋਖਾ, ਸੁਣਦੇ ਸਾਂ ਹੁਸ਼ਿਆਰ ਬੜੇ ਨੇ, ਮੁਸ਼ਕਿਲ ਪਈ ਤੇ ਖੁੱਲੀਆਂ ਅੱਖਾਂ, ਐਵੇਂ ਭੁੱਲ ਸੀ ਯਾਰ ਬੜੇ ਨਾ ਆਤੀ। ਹਾਏ ਬਸ਼ੀਰ ਅਹਿਮਦ ਹੋਈ ਤੱਕਰ ਮੁੰਡਾ ਜੱਫੀ ਪਾਉਣ ਦੀ ਗੱਲ ਕਰਨ ਦਿਆ, ਮੁੰਡੇ ਜਲਦੀ ਹੈ, ਹਾਏ ਨੰਬਰ ਕਬੱਡਰ ਦਾ, ਗੱਲਾਂ ਸਾਂਝੀਆਂ ਕਰੇਗਾ ਮੇਰਾ ਵੀਰ ਮੁਹੰਮਦ ਅਸਗਰ। ਚੱਲ ਵੇ ਮੈਂ ਸ਼ੀਨਾ, ਇਸ ਟਾਈਮ ਖੇਡ ਕਬੱਡੀ ਦਾ ਲਾੜਾ ਹੈ ਜਨਾਬ, ਇੱਕ ਇੱਕ ਪੱਟ ਤੇਰਾ ਸਵਾ ਸਵਾ ਬਣਦਾ, ਅੱਖ ਵਿੱਚ ਅੱਖ ਪਾ ਕੇ ਇੱਕ ਜਦੋਂ ਦਣਦਾ, ਕਿਹੜਾ ਤੈਨੂੰ ਵੇਖੇ ਉਹ ਕੰਨੀ ਪਿਆ ਭੰਨਦਾ, ਨਫੀਸ ਗੁੱਜਰ ਦੇ ਨਾਲ ਹੋਈ ਇੱਕ ਟੱਕਰ, ਲੱਕ ਭਰਿਆ ਹੈ ਕੁੱਝ ਭਰੋ ਨਹੀਂ ਕਰਦਾ, ਜਨਾਬੀਆਂ ਫਿਰ ਨਾ ਬਦਲ ਮੁਹੰਮਦ ਗੁਲਾਮ ਦੀ ਵਿਸਲ ਦਾ ਇਸ਼ਾਰਾ ਜਨਾਬ, ਨੰਬਰ ਸਾਈ ਦੇ ਖਾਤੇ, ਨੰਬਰ ਰੇਡਰ ਦੇ ਖਾਤੇ, ਉਸ ਵਿਸਾਰ ਤੋਂ। ਭਾਈ ਫਰਖ ਸ਼ੇਰ ਸਾਹਿਬ, ਮੈਂ ਤੁਹਾਡੀ ਇਜਾਜ਼ਤ ਤੋਂ ਬਗੈਰ ਐਲਾਨ ਕਰ ਰਿਹਾ ਕਿ ਮੇਰੇ ਵੀਰ ਪਾਕਿਸਤਾਨ ਦੀ ਕਬੱਡੀ ਦੇ ਤਗੜੇ ਪ੍ਰਮੋਟਰ ਚੌਧਰੀ ਮੁਹੰਮਦ ਜਵੇਦ ਗੁੱਜਰ ਸਾਹਿਬ, ਜਵੇਦ ਗਲਵਜ਼ ਵਾਲੇ ਕਹਿੰਦੇ ਨੇ ਕਿ ਕੱਲ੍ਹ ਇੰਤਜ਼ਾਮੀਆ ਕਮੇਟੀ ਨੂੰ 100 ਬੰਦੇ ਦੀ ਟਿਕਟ ਦਾ ਖਰਚਾ ਅਸੀਂ ਦੇਵਾਂਗੇ ਤੇ ਉਹ 100 ਬੰਦਾ ਸਾਡੇ ਕਹਿਣ ਤੇ ਐਂਟਰ ਹੋਏਗਾ। ਇੱਕ ਵਾਰੀ ਤਾੜੀਆਂ ਤੇ ਮਾਰੋ ਜੋ ਜਵੇਦ ਗੁੱਜਰ ਦੀਆਂ, 100 ਬੰਦੇ ਦੀ ਟਿਕਟ ਆਪਣੀ ਪਾਕਟ ਚੋਂ ਆਪਣੀ ਜੇਬ ਚੋਂ ਦੇ ਕੇ, 100 ਬੰਦੇ ਦੀ, ਪਰ ਉਹ 100 ਹੋ ਗਿਆ ਸਭ ਤੋਂ ਪਹਿਲਾਂ ਆਏਗਾ, ਉਸ ਤੋਂ ਬਾਅਦ ਫਿਰ ਟਿਕਟ ਸ਼ੁਰੂ ਹੋ ਜਾਏਗੀ। ਜੀ ਭਾਈ ਜਵੇਦ ਸਾਹਿਬ, ਜਿਹੜੇ ਬੰਦੇ ਬਾਰ ਬਾਰ ਆਉਣਗੇ ਉਹ 100 ਬੰਦੇ ਦੀ ਟਿਕਟ ਚੌਧਰੀ ਜਵੇਦ ਗੁੱਜਰ ਸਾਹਿਬ ਆਪਣੀ ਜੇਬ ਚੋਂ ਅਦਾ ਕਰਨਗੇ। ਜ਼ਿੰਦਾਬਾਦ, ਚੱਲ ਵੀ ਸੋਹਣਿਆ, ਤਾੜੀ ਮਾਰ ਦਿਓ ਜੀ, ਇੱਕ ਵਾਰੀ ਜ਼ੋਰਦਾਰ ਤਾੜੀ ਮਾਰ ਦਿਓ ਜਵੇਦ ਗੁੱਜਰ ਸਾਹਿਬ, ਬੜੀ ਮਿਹਰਬਾਨੀ, ਸ਼ੁਕਰੀਆ ਜਨਾਬ, ਵੈਲਕਮ ਜੀ ਆਇਆਂ ਨੂੰ, ਤੁਸੀਂ ਆਏ ਸਾਡਾ ਮਾਣ ਵਧਾਇਆ ਜਨਾਬ, ਤੁਹਾਡੇ ਆਉਣ ਦੇ ਨਾਲ ਹੀ ਸੋਹਣਾ ਮੇਲਾ ਸੱਜਿਆ ਹੈ, ਹਰ ਰੇਡਰ ਹਰ ਜਾਫੀ ਨੂੰ ਜਨਾਬ ਹਜ਼ਾਰਾਂ ਰੁਪਈਆਂ ਦਾ ਇਨਾਮ, ਵੈਲਕਮ ਜ਼ਿੰਦਾਬਾਦ, ਪਾਕਿਸਤਾਨ ਕਬੱਡੀ ਨੂੰ ਪ੍ਰਮੋਟ ਕਰਨ ਵਾਲੇ ਸਦਾ ਜੀਂਦੇ ਰਹਿਣ ਜਨਾਬ। ਵੱਡੂ ਨਿੱਕੀ ਉਮਰੇ ਵੱਡੀਆਂ ਮੱਲਾਂ ਮਾਰੀਆਂ ਹੈ ਜਨਾਬ, ਅੱਗੇ 4 ਜਾਫੀ ਹੈ, ਇੱਕ ਬੰਨੇ ਜਵਾਨੀ, ਦੂਸਰੇ ਬੰਨੇ ਤਜਰਬਾ, ਉਰਜੂ ਉਰਜੂ ਕਰਦੀ ਹੈ ਜਵਾਨੀ, 4 ਜਾਫੀਆਂ ਦੀ ਘੁੰਮਦੀ ਹੈ ਚੈਨ, ਆਂਧਰ ਪ੍ਰਦੇਸ਼ ਸਾਹਿਬ ਟੀਮ ਲੈ ਕੇ ਅੰਦਰ ਹੋ ਰਹੇ ਨੇ। ਅਗਲੀ ਗੱਲ ਕਰਨਗੇ ਮੇਰੇ ਸਾਥੀ ਕਮੈਂਟ ਹੇਠ ਜਨਾਬ ਸੱਤਰ ਵੀਰ, ਜ਼ਿੰਦਾਬਾਦ, ਚੱਲ ਪੀ ਹਾਏ ਰਾਸ਼ਦ ਮਲਕ ਮੁੰਡੇ ਦੀਆਂ ਤਾੜੀਆਂ ਮਾਰੋ, ਦੁਨੀਆਂ ਨੇ ਤਾੜੀਆਂ ਮਾਰੀਆਂ ਇਸ ਗੱਭਰੂ ਦੀਆਂ, ਬੱਲੇ ਪਾਕਿਸਤਾਨ ਦਾ ਸਟਾਰ ਜਾਫੀ ਸਰੀਆ ਕਹਿ ਗਿਆ ਇਹਨੂੰ, ਲੋਹੇ ਦਾ ਥੰਮ ਕਹਿ ਗਿਆ ਇਸ ਮੁੰਡੇ ਨੂੰ, ਇੱਥੇ ਸਾਦਿਆ ਘਬਰਾ ਉਹਦੇ ਲੈ ਬਹਿ ਜਾ ਮੁੰਡਾ ਆਇੰਦਾ ਸੀ, ਇੱਥੇ ਆਇੰਦਾ ਜੇ ਇਹ ਸੱਜ ਕੇ ਇੱਕ ਵਾਰੀ ਤਾੜੀਆਂ ਮਾਰੋ ਤਾਂ ਜੱਫਾ ਚੰਗਾ ਲੱਗਾ। ਇੱਧਰ ਆ ਰਾਸ਼ਦ ਮਲਕ ਭਾਈ ਜਵੇਦ ਗੁੱਜਰ ਸਾਹਿਬ ਵੱਲੋਂ, ਭਾਈ ਜਵੇਦ 1000 ਬੰਦਾ ਮੁੰਡੇ ਦਾ, ਇੱਧਰ ਆ ਬੱਬਰ ਸਰਾ ਦੇ ਨਾਲ 1000 ਰੁਪਇਆ ਇਨਾਮ, ਇੱਧਰ ਜਨੂਨ ਕਬੱਡੀ ਕਲੱਬ ਸ਼ਹਿਰਾਮ ਸਾਜਿਦ ਪੁੱਟੋ ਅੱਗੇ ਲੱਗਾ ਹੋਇਆ, ਉਸਤਾਦ ਅਮਰ ਸ਼ਕੀਲ ਬੰਦੇਸ਼ਾ, ਕੋਚ ਪਾਕਿਸਤਾਨ ਆਰਮੀ ਮਰੂਫ ਅਹਿਮਦ ਜੱਟ, ਮੁੰਡਾ ਪਿੰਡੀਆ ਬੱਬਰ ਸ਼ੇਰ ਆਪਣੇ ਸ਼ੇਰ ਲੈ ਕੇ ਮੈਦਾਨੇ, ਜ਼ਿੰਦਾਬਾਦ ਜੀ। ਇੱਧਰ ਪਈ ਕਬੱਡੀ ਨੌਜਵਾਨ ਹਾਫਿਜ਼ ਦੀ, ਸਦਕੇ ਜਾਵਾਂ ਫਿਰ ਸ਼ੁਕਰੀਆ ਅਦਾ ਕਰਦਾ ਆਪਣੇ ਵੀਰ ਮਲਕ ਫੈਸਲ ਹਯਾਤ ਮਾਹੂ ਸਾਹਿਬ, ਮਲਕ ਤਾਹਰ ਸਿਕੰਦਰ ਸਾਹਿਬ, ਮਾਂ ਸਨਾਉਲਾ ਜੱਫਾ ਸਾਹਿਬ, ਮਾਂ ਬਸ਼ੀਰ ਖਾਨ ਸਾਹਿਬ,
ملک محمد اشرف کھوکھر صاحب، ملک شاہد اقبال کھوکھر نمبردار، چودھری الطاف حسین مونا، ملک محمد حیات ماہو صاحب زندہ باد اور چودھری محمد افضل ٹلو صاحب اکمنجا سجادا والے اس کمیٹی کا پورا حصہ بنتے ہیں زندہ باد جی۔ صدقے ادھر محمد عرفان مہانا جٹ نمبر کا کر گیا واڈا صدقے جاواں 10,000 روپیہ چودھری جویل گجر صاحب کو ٹکٹاں واسطے ہوئے گا، جہاں بندہ سب تو پہلا 100 بندہ آئے گا وہ واسطے ہوئے گا مان سمان، ٹکٹ دیتی جائے گی فری۔ کبڈی امیر شینے بھی شہرام مساجد پٹو نوجوان عابد ارگی ببر شیر میرے میدان دے وچ نے، وسیم کمبو ورگے ببر شیر ہائے صدقے، میچ ختم ہو جائے تے سارے پلیئر باہر جان گے، ٹائم ہو گیا، بہت مہربانی۔ نوجوان نے موٹر سائیکل چکے ساجد نثار ساجا گجر چاپر تمبو شاطن جٹ ببر شیر پاکستان ایئر فورس کی کندھ زندہ باد، چاپر تمبو لالے محمد اکرم تمبو دا ببر شیر اڈا پول 45 تحصیل سمندری فیصل آباد جی نمبر کا اضافہ کیا، مہانے جٹ نے کبڈی پائے گا امیر شینا صدقے۔ اور ایک طرف سے شکریہ ادا کرتا فیصل حیات ملک صاحب، ماہو میرے ویر ملک تار سکندر ماہو صاحب، ماں سناؤ کا جپا صاحب، ماں تو شیر خان جپا صاحب، ملک محمد اشرف کھوکر صاحب، ملک شاہد اقبال کھوکر نمبردار، چودھری الطاف حسین مونا، ملک محمد حیات مونا صاحب، ماہو صاحب اور میرے متر فر رئیس فلک شیر صاحب، استاد نے کبڈی دے وچ انہاں نوں استاد کیا گیا محمد افضل چلو ببر شیر زندہ باد جی، کلا تھوڑا سانجیا کرے گا محمد اصغر صاحب۔ چل نہیں پاکستان آرمی دے نال تعلق ہے، پورے پاکستان دا مان سمان بنیا ہے اس ٹائم کھیڈ کبڈی دا لانا، شکیل جڑ دے نال ہوئی ہے ٹکر، گٹ پھڑیا ہے، نمبر جڑیا ہے جناب رانے آتی دے کھاتے، رانے آتم دے کھاتے، ایک ہور نمبر دا وعدہ کردا ہے منڈا آصف مولے دا نکا ویر، آصف حافظ آصف دی پئی ہے ریڑ، اگے چار جافی ہے، ایک نہیں دو نہیں تین نہیں، اسی چار ہاں بھرا، جنوں تیرا دل کردا ہے ہاتھ اس نوں لا، جناب نوید جڑ دی ایک تے ماریا ہاتھ، نمبر جڑیا ہے سائی دے کھاتے، عرفان ماں نے جٹ واس لیے پوری زور نال تاڑیاں مار دیو پاکستان دا سٹار، جناب اس ٹائم کھیڈ کبڈی دا شنگار، جناب جناح سٹیڈیم دی ترتی تے گونج پئی ہے، ماں کھیڈ کبڈی دے اگے ملا پور دے چار جافی ویکھ رہے ہیں، جناب بھائی خالد ہے دو نمبر تو جناب کتا کھچ کی تندی کیتی ہے کوئی نمبر جڑیا ہے جناب عرفان ماں نے جٹ لوں دے ہاریاں دکھاتے بھائی عرفان انعام لے جو بھی اپنا عرفان ماں نے جٹ لوں دے ہاریاں پورے پاکستان دا مان تران جناب اس ٹائم کھیڈ کبڈی دا شنگار عمر چھینا نہیں پھڑے جاندے اُدواں سپ سائے دا لک کبوتر چھینے شمار بجے سے دیاں نگاہاں جناب تو نفیس گزر جناب آ رہا ہے آجو 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 پڑھ دا پڑھ جی بھائی خالد گجر والوں جناب نوٹاں دی برسات اس ٹائم کھیڑ کبڈی دا شکار دوسری سائڈ تے رہڑ پاون واس وی رانا آتی جی آرمی دا ٹینک کھیڑ کبڈی دا شکار ایک بنے جوانی ایک بنے تجربہ جناب نمبر جڑیا ہے سائی دکھاتے نمبر سائی دکھاتے چل وی دوسری ویڑ تے سک بلوچ پوت ویکھ بلوچاں دا تے سک بھی دا نائیں چنگی ایدی کوٹی تے رولا پیا تائیں ਪੁੱਤ ਵੇਖ ਬਲੋਚਾਂ ਦਾ ਤੇ ਸੱਗ ਬੇ ਦਾ ਨਾਈ ਚੰਗੀ ਇਹਦੀ ਕੌਡੀ ਉੱਤੇ ਰੌਲਾ ਪਿਆ ਤਾਈ ਕੋਠੇ ਜਿੱਡਾ ਗੱਭਰੂ ਤੇ ਸ਼ੇਰਾਂ ਦੇ ਅਜਿਗਰਾ ਗਾਡਰਾਂ ਦੇ ਜਈਏ ਦੀ ਇੱਕ ਇੱਕ ਬਾਈ ਗਾਡਰਾਂ ਦੇ ਜਈਏ ਦੀ ਇੱਕ ਇੱਕ ਬਾਈ ਨੰਬਰ ਜਨਾਬ ਜੁੜਿਆ ਹੈ ਸਾਦਾ ਦੀ ਵਿਸਲ ਦਾ ਇਸ਼ਾਰਾ ਨੰਬਰ ਸੱਗ ਬਲੋਚ ਦਿਖਾਤੇ ਚੱਲ ਵੀਰ ਸਾਥ ਰਫਾਨ ਮਾਨਾ ਜੱਟ ਨੂੰ ਤੇ ਹਾਣੀਆਂ ਇਸ ਟਾਈਮ ਵਾਰੀ ਦੀ ਕੌਡੀ ਪਾਉਂਦਾ ਹੈ ਦੂਸਰੀ ਸਾਈਡ ਤੇ ਚਾਰੇ ਜਾਪੀ ਮੁੱਲਾਪੁਰ ਦੀ ਧਰਤੀ ਦੇ ਬੱਬਰ ਸ਼ੇਰ ਵੇਖੋ ਕਿਦਾਂ ਹੁੰਦੀ ਹੈ ਟੱਕਰ ਜਨਾਬ ਟੱਚ ਮਾਰਾ ਦੀ ਕਰਦਾ ਕੁਛ 30 ਸਕਿੰਟਾਂ ਦਾ ਗੁਜ਼ਰਦਾ ਹਵੇਲਾ ਸਟਾਰਟ ਫਜ਼ਲਿਆ ਗੁਜਰ ਦੀ ਵਿਸਲ ਦਾ ਇਸ਼ਾਰਾ ਵੇਖਣਾ ਪਏਗਾ ਨੰਬਰ ਜਨਾਬ ਕੰਨੀ ਵਾਲੇ ਨੂੰ ਕੀਤਾ ਹੈ ਟੱਚ ਨੰਬਰ ਜੁੜਿਆ ਹਲਕੇ ਹਲਕੇ ਕਦਮਾਂ ਦੇ ਨਾਲ ਅੱਗੇ ਵੱਧਦਾ ਹੈ ਨੰਬਰ ਜੁੜਿਆ ਹੈ ਉਸਤਾਦ ਰਫਾਨ ਮਾਨ ਨੇ ਜੱਟ ਲਿੰਦੇ ਹਾਣੀਆਂ ਦਿਖਾਤੇ ਦੂਸਰੀ ਸਾਈਡ ਤੇ ਆਸਫ ਮੌਲੇ ਦਾ ਨਿੱਕਾ ਵੀਰ ਹਾਫਿਜ਼ ਆਸਫ ਇਸ ਟਾਈਮ ਖੇਡ ਕਬੱਡੀ ਦਾ ਸ਼ਿੰਗਾਰ ਸ਼ਬਾਦ ਅਲੀ ਬਦੇਸ਼ਾ ਸਾਹਿਬ ਬੜੀ ਮਿਹਰਬਾਨੀ ਸ਼ੁਕਰੀਆ ਜਨਾਬ ਬੈਡਨ ਜ਼ਿੰਦਾਬਾਦ ਤੁਸੀਂ ਆਏ ਸਾਡਾ ਮਾਣ ਵਧਾਇਆ ਜਨਾਬ ਜੀ ਸੈਯਦ ਨੂਰਨ ਸਦਰ ਸ਼ਾਹ ਸਾਹਿਬ ਬੜੀ ਮਿਹਰਬਾਨੀ ਜਨਾਬ ਅਮੀਨਪੁਰ ਬੰਗਲੇ ਦੇ ਸਿਰ ਕਢਵੇਂ ਨਾ ਜਨਾਬ ਸਾਡੇ ਇਲਾਕੇ ਦੇ ਬੱਬਰ ਸ਼ੇਰ ਸਾਹਿਬ ਸਰਦਾਰ ਵੈਲਡਨ ਸੱਦਾਬਾਦ ਜੀ ਸਾਰ ਸਾਹਿਬ ਖੇਰ ਰਹੀ ਸਾਹਿਬ ਬੜੀ ਮਿਹਰਬਾਨੀ ਸ਼ੁਕਰੀਆ ਜਨਾਬ ਵੈਲਡਨ ਸੱਦਾਬਾਦ ਉਹਨਾਂ ਦੇ ਨਾਲ ਨਾਲ ਅਫਜ਼ਲ ਢਿੱਲੋਂ 51 ਸਜਾਦਾ ਡਿਸਟ੍ਰਿਕਟ ਫੈਸਲਾਬਾਦ ਦਾ ਮਾਨ ਤਰਾਨ ਜਨਾਬ ਅਫਜ਼ਲ ਢਿੱਲੋਂ ਕੋੜਿਆ ਰੋਡ ਡਿਸਟ੍ਰਿਕਟ ਫੈਸਲਾਬਾਦ ਵੈਲਡਨ ਸੱਦਾਬਾਦ ਜੀ 51 ਸਜਾਦਾ ਦੀ ਧਰਤੀ ਦਾ ਮਾਨ ਤਰਾਨ ਤੇ ਅੱਜ ਨਿੱਕਾ ਵੀਰ ਐਕਸ਼ਨ ਦੇ ਵਿੱਚ ਨਜ਼ਰ ਆਏਗਾ ਬਲਾਲ ਮੋਸਨ ਢਿੱਲੋਂ ਜਨਾਬ ਅਸ਼ਫਾਕ ਸ਼ਾਕਰ ਦੀਆਂ ਕਰਾਈਆਂ ਮਿਹਨਤਾਂ ਦਿਖਾਦੀਆਂ ਖੁਰਾਕਾਂ ਦਾ ਪਤਾ ਲੱਗਣਾ ਹੈ ਜੀ ਗੁੱਟ ਫੜਿਆ ਹੈ ਗੁੱਟ ਗੁੱਟ ਜੀ ਅੰਬਰ ਵਿੱਚ ਫੁੱਕੇ ਦਿਖਾਤੇ ਜਿੰਨਾ ਇੱਕ ਮਨੇ ਰਾਸ਼ਦ ਮਲਕ ਜੀ ਜਨਾਬ ਰਾਸ਼ਦ ਮਲਕ ਦੇ ਖਾਤੇ ਨੰਬਰ ਜਾਫੀ ਦੇ ਖਾਤੇ ਗਿਆ ਹੈ ਬੜੀ ਮਿਹਰਬਾਨੀ ਸ਼ੁਕਰੀਆ ਜਨਾਬ ਬੈਡਨ ਸਦਾਬਾਦ ਤੁਸੀਂ ਆਏ ਸਾਡਾ ਮਾਣ ਵਧਾਇਆ ਜਨਾਬ
ਬੜੀ ਮਿਹਰਬਾਨੀ ਜਨਾਬ ਚੌਧਰੀ ਜਵੇਦ ਪੁੱਤਰ ਉਹਨਾਂ ਦੇ ਨਾਲ ਨਾਲ ਸਾਡੀ ਅੱਜ ਦੀ ਸੋਹਣੀ ਤਕਰੀਬ ਦੇ ਸੋਹਣੇ ਮੁੱਖ ਮਹਿਮਾਨ ਮਿੱਠੇ ਮਿੱਠੇ ਬੋਲਾਂ ਤੋਂ ਖੁਸ਼ ਹੋ ਕੇ ਅਲਾਫ ਸਰ ਦੀ ਹੌਸਲਾ ਅਫਜ਼ਾਈ ਕਰ ਦਿਓ ਇਬਰਾਹਿਮ ਸਰ 1000 ਰੁਪਏ ਦਾ ਮਾਨ ਸਮਾਨ ਜੀ ਜੀ ਜਵੇਦ ਪੁੱਤਰ ਸਾਹਿਬ ਬੜੀ ਮਿਹਰਬਾਨੀ ਸ਼ੁਕਰੀਆ ਜਨਾਬ ਵੈਲਡਨ ਜ਼ਿੰਦਾਬਾਦ ਤੁਸੀਂ ਆਏ ਸਾਡਾ ਮਾਣ ਵਧਾਇਆ ਪੰਜਾਬ ਦੀ ਰੇਤਲ ਨਜ਼ਮ ਹੈ ਕਿ ਦੇਸ਼ ਪੰਜਾਬ ਦੀ ਵੱਖਰੀ ਸ਼ਾਨ ਸਾਡਾ ਦੇਸ਼ ਹੈ ਸਾਡੀ ਜਾਨ ਇੱਥੇ ਸੂਰਜ ਚਾਨਣ ਵੰਡੇ ਸਾਰੇ ਮੌਸਮ ਤੱਤੇ ਠੰਡੇ ਗੱਡੇ ਪ੍ਰੀਤਾਂ ਵਾਲੇ ਝੰਡੇ ਕਣਕ ਕਪਾਹਾਂ ਇੱਥੇ ਗੱਡੇ ਚੜ੍ਹਦੇ ਲਈ ਲੋਕੀ ਖਾਣ ਦੇਸ਼ ਪੰਜਾਬ ਦੀ ਵੱਖਰੀ ਜਾਨ ਸਾਧਮਾਨਾ ਸਾਹਿਬ ਵਾਲੇ ਆਜੋ ਜੀ ਆਪਣੇ ਨਾਮ ਇਰਫਾਨ ਮਾਨਾ ਚਾਚੋ ਦੇਹਾਣੀਆਂ 56 ਛੋਟਾ ਕਿਹਾੜਾ ਅਮੀਪੁਰ ਰੋਡ ਜਿਸ ਤੱਕ ਫੈਸਲਾਬਾਦ ਜਨਾਬ ਸਾਡੇ ਅੱਜ ਦੀ ਸੋਹਣੀ ਤਕਰੀਬ ਦੇ ਸੋਹਣੇ ਮੁੱਖ ਮਹਿਮਾਨ ਜਨਾਬ ਜਵੇਦ ਗੁੱਜਰ ਵੱਲੋਂ ਜਨਾਬ 1000 ਰੁਪਏ ਦਾ ਮਾਣ ਸਮਾਨ ਬੜੀ ਮਿਹਰਬਾਨੀ ਸ਼ੁਕਰੀਆ ਜਨਾਬ ਸਾਕ ਬਲੋਚ ਨੰਬਰ ਜੁੜਿਆ ਹੈ ਜਨਾਬ ਖੇਡ ਕਬੱਡੀ ਦਾ ਲਾੜਾ ਨੰਬਰ ਜੁੜਿਆ ਸਾਕ ਬਲੋਚ ਦੇ ਕਰਦੇ ਅਗਲੀ ਗੱਲ ਕਰਨਗੇ ਸਾਡੇ ਇੰਟਰਨੈਸ਼ਨਲ ਬੈਂਟ ਸੱਤਰਵੀਰ ਵੈਲਡਨ ਸਰਦਾਰ ਜੀ ਬਹੁਤ ਸ਼ੁਕਰੀਆ ਮੇਰੇ ਇੱਧਰ ਆਪ ਹੀ ਆਪਣੇ ਨਾਮ ਲਿਆ ਮੁਬਰ ਸ਼ੇਰਾ ਸਾਕ ਬਲੋਚਾ ਤੇਰੇ ਵਾਸਤੇ 500 ਰੁਪਏ ਦਾ ਮਾਣ ਸਨਮਾਨ ਹੈ ਉਸਤਾਦ ਅਬਦੁਲ ਮਜੀਦ ਕਾਕਾ ਸਾਹਿਬ ਬੜੀ ਮਾਦਰਤ ਦੇ ਨਾਲ ਬਹੁਤ ਲੋੜ ਰੱਖਿਆ ਗਿਆ ਕੋਚ ਮੁੱਲਾਪੁਰ ਦੇ ਮੇਰੇ ਬੱਬਰ ਸ਼ੇਰ ਮੇਰੇ ਗਰਾਊਂਡ ਦੀ ਰੌਣਕ ਬਣੇ ਇਹਨਾਂ ਦੀ ਮੁਹੱਬਤ ਦਾ ਬਹੁਤ ਸ਼ੁਕਰੀਆ ਉਸਤਾਦ ਅਬਦੁਲ ਮਜੀਦ ਕਾਕਾ ਸਾਹਿਬ ਧੰਨਵਾਦ ਜੀ ਇੱਧਰ ਆ ਮੁੰਡਾ ਤੇਰੇ ਵਾਸਤੇ 500 ਰੁਪਇਆ ਹੋਰ ਮਾਣ ਸਨਮਾਨ ਹੈ ਇੱਧਰ ਸਾਕ ਬਲੋਚ ਦਾ ਨਾਮ ਲੈ ਤੁਹਾਨੂੰ ਪਤਾ ਤਾਂ ਹੈਗਾ ਪਹਿਲਾਂ ਬਹੁਤ ਪਿਆਰ ਕਰਦਾ ਉਸਤਾਦ ਆਪਣਾ ਬਲਕਿ ਸਾਰੇ ਮੁਲਕ ਨੇ ਬਹੁਤ ਪਿਆਰ ਕਰਦਾ ਧੰਨਵਾਦ ਜੀ ਲਓ ਜੀ ਕਬੱਡੀ ਅਗਲੀ ਕਬੱਡੀ ਪਾਉਣ ਵਾਸਤੇ ਚੱਲ ਪਈ ਸੋਹਣਿਆ ਹਾਫਿਜ਼ ਮੁਹੰਮਦ ਆਸਮ ਕਬੱਡੀ ਦੇ ਉੱਤੇ ਮੁੰਡਾ ਕਹਿੰਦਾ ਅਸੀਂ ਮੰਨਣ ਵਾਲੇ ਬੁੱਲੇ ਦੇ ਸਾਨੂੰ ਤੋਰ ਨਿਭਾਉਣੀ ਆਉਂਦੀ ਏ ਅਸੀਂ ਵਾਰਿਸ ਸ਼ਾਹ ਦੇ ਦੀਵਾਨੇ ਜਿਹਨੂੰ ਅੱਜ ਤਾਈਂ ਦੁਨੀਆਂ ਬਣਦੀ ਏ ਨੰਬਰ ਕਬੱਡਰ ਦਾ ਨੰਬਰ ਕਬੱਡਰ ਦਾ ਅਗਲੀ ਕਬੱਡੀ ਪਾਉਣ ਵਾਸਤੇ ਮੁਹੰਮਦ ਇਰਫਾਨ ਮਾਨਾ ਜੱਟ ਦੇ ਦੇਹਾਣੀਆਂ ਸੱਜ ਕੇ ਜਾਵਾਂ ਨੌਜਵਾਨਾਂ ਤੈਨੂੰ ਰੱਬ ਦੀਆਂ ਰੱਖਾਂ ਪਾਹਾ ਸੋਹਣਿਆ ਕਬੱਡੀ ਚਾਚੇ ਰਮਜ਼ਾਨ ਜੱਟ ਦਾ ਬੱਬਰ ਸ਼ੇਰ ਪੁੱਤਰ ਇੰਨਾ ਮੈਦਾਨਾਂ ਤੋਂ ਖੇਡਦਾ ਗਿਆ ਤੇ ਸਬਦ ਹਲਾਲੀ ਪਰਚਮ ਦਾ ਮਾਨ ਬਣਿਆ ਦੋ ਨੰਬਰ ਦੇ ਮੁੰਡੇ ਨੇ ਬਗਲ ਭਰ ਕੇ ਜੱਫੀ ਪਾਉਣ ਦੀ ਗੱਲ ਕੀਤੀ ਪਰ ਕਹਿੰਦਾ ਜੱਟ ਕਹਿੰਦਾ ਮੈਂ ਤਾਂ ਨਾ ਮਿਲੂੰਗਾ ਜੀ ਤੈਨੂੰ ਏਦਾਂ ਨੰਬਰ ਕਬੱਡਰ ਦਾ ਨੰਬਰ ਕਬੱਡਰ ਦਾ ਇਤਰਾ ਮਾਨਿਆ ਜੱਟਾ 1000 ਰੁਪਏ ਦਾ ਨੌਜਵਾਨ ਦਾ ਮਾਨ ਸਨਮਾਨ ਮੇਰੇ ਮਿੱਤਰ ਮੇਰੇ ਮੁਹਤਰਮ ਚੌਧਰੀ ਮੁਹੰਮਦ ਜਵੇਦ ਗੁੱਜਰ ਸਾਹਿਬ ਜਵੇਦ ਗਲਬਸ ਵਾਲੇ ਇਹਨਾਂ ਨੂੰ ਨੌਜਵਾਨ ਦਾ 1000 ਰੁਪਇਆ ਇਨਾਮ ਅਗਲੀ ਕਬੱਡੀ ਪਾਉਣ ਵਾਸਤੇ ਕਪਰੂ ਇੱਕ ਵਾਰੀ ਫਿਰ ਖੇਡ ਮੈਦਾਨ ਦੇ ਵਿੱਚ ਕਬੱਡੀ 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 ਕਰਦਾ ਹੋਇਆ ਮੁੰਡਾ ਉਹ ਲੱਗਾ ਹੈ ਨਾਲ ਕਪਰੂ ਲੱਗਾ ਤੇ ਹੋਇਆ ਮੈਂ ਸੀਨਾ ਨਾਲ ਲੱਗਾ ਹੈ ਨਵੀਨ ਜੱਟ ਕਿਹਾ ਯਾਰ ਬੱਬਰ ਸ਼ੇਰ ਮੁੰਡਾ ਫੜਨ ਤੇ ਗੱਲ ਕਰਦਾ ਪਰ ਤਿਲਕ ਤਿਲਕ ਜਾਂਦਾ ਅੱਖ ਚੱਕ ਦਾ ਜੀ ਅੱਲਾ ਮਿਹਰ ਕਰੇ ਉਸਤਾਦ ਦਾ ਮਿਸਾ ਮੁੰਡਾ ਪਾਇ ਅਮਰ ਸਿੰਘ ਦੇ ਪਲੇ ਸਾਡਾ ਜਿਹਾ ਮਰਜ਼ੀ ਕਰਨ ਵਾਲਾ ਮਾਨੀ ਬੱਬਰ ਸ਼ੇਰਾ ਆ ਗੱਲ ਸੁਣ ਲਈ ਉਸਤਾਦ ਦੀ ਅਗਲੀ ਕਬੱਡੀ ਪਾਉਣ ਵਾਸਤੇ ਨੌਜਵਾਨ ਇੱਕ ਰਫੇ ਖੇਡ ਮੈਦਾਨ ਦੇ ਵਿੱਚ ਗੱਭਰੂ ਦਾ ਨਾਮ ਹੈ ਮੁਹੰਮਦ ਸਾਦਕ ਬਲੋਚ ਚੱਲ ਬਈ ਬਲੋਚਾ ਤੈਨੂੰ ਰੱਬ ਦੀਆਂ ਰੱਖਾ ਪਾ ਮੁੰਡਿਆ ਕਬੱਡੀ ਦੋ ਦੋ ਤਿੰਨ ਤਿੰਨ ਚਾਰ ਚਾਰ ਨਾ ਪਾਓ ਬਲੋਚ ਨੂੰ ਕੱਲੇ ਨੂੰ ਕੱਲਾ ਪਿਆ ਰੱਖਿਆ ਉਸਤਾਦ ਨੇ ਕਿਹਾ ਨਾ ਨੰਬਰ ਕਬੱਦਰ ਦਾ ਆ ਬੱਚੇ ਬਾਹਰ ਕਦੋਂ ਹਜ਼ਾਰਾਂ ਦੇ ਕਰਦੇ ਹੁੰਦੇ ਨਹੀਂ ਕਿਸੇ ਸ਼ਕਲ ਕਰਦਾ ਆਪਣਾ ਇਹ ਤੁਹਾਨੂੰ ਕਹਿ ਕੇ ਗੱਲਬਾਤ ਕਰੋ ਔਰ ਮੇਰੇ ਮੌਜੂਦੀਨ ਮੁਹਤਰਮ ਫਲਕ ਸ਼ੇਰ ਰਹੀ ਸਾਹਿਬ ਦੀ ਸੰਗਤ ਦੇ ਵਿੱਚ ਮੇਰੇ ਗਰਾਊਂਡ ਦੀ ਰੌਣਕ ਬਣਦੇ ਪਏ ਨੇ ਇਲਾਕੇ ਦੇ ਸਿਰਕਟਵੇਂ ਨਾਂ ਉਹਨਾਂ ਦੀਆਂ ਮੁਹੱਬਤਾਂ ਦਾ ਬਹੁਤ ਸ਼ੁਕਰੀਆ ਕਿ ਸਾਡੇ ਸੱਦੇ ਤੇ ਸਾਡੇ ਗਰਾਊਂਡ ਦੇ ਪੁੱਜੇ ਜਨਾਬ ਦੇ ਪਿਆਰ ਦਾ ਬਹੁਤ ਸ਼ੁਕਰੀਆ ਇਹਨਾਂ ਦੀ ਮੁਹੱਬਤ ਭਾਈ ਅਫਜ਼ਲ ਸਾਹਿਬ ਇੱਕ ਭਾਈ ਜਨਾਬ ਦੇ ਪਿਆਰ ਦਾ ਬਹੁਤ ਸ਼ੁਕਰੀਆ ਕਿ ਮੇਰੇ ਗਰਾਊਂਡ ਆਏ ਜਨਾਬ ਦੀ ਮੁਹੱਬਤ ਦਾ ਬਹੁਤ ਸ਼ੁਕਰੀਆ ਜ਼ਿੰਦਾਬਾਦ ਜੀ ਮੁਹਤਰਮ ਚੌਧਰੀ ਸਰਦਾਰ ਯਾਸਰ ਡੋਗਰ ਸਾਹਿਬ ਮੇਰੇ ਗਰਾਊਂਡ ਦੀ ਰੌਣਕ ਬਣੇ ਜਨਾਬ ਦੇ ਪਿਆਰ ਦਾ ਬਹੁਤ ਸ਼ੁਕਰੀਆ ਕਿ ਸਾਡੇ ਸੱਜੇ ਤੇ ਗਰਾਊਂਡ ਆਏ ਜਨਾਬ ਯਾਸਰ ਡੋਗਰ ਸਾਹਿਬ ਬੜੀ ਮਿਹਰਬਾਨੀ ਤਸ਼ਰੀਫ ਲੈ ਕੇ ਆਏ ਕਬੱਡੀ ਪਾ ਕੇ ਮੁੜਿਆ ਮੁੰਡਾ ਹਾਫਿਜ਼ ਮੁਹੰਮਦ ਆਸਮ ਅਗਲੀ ਕਬੱਡੀ ਪਾਉਣ ਪਾਏਗਾ ਅਗਲੀ ਕਬੱਡੀ ਪਾਉਣ ਵਾਸਤੇ ਗੱਭਰੂ ਨੌਜਵਾਨ ਬੱਬੂ ਮੁੰਡੇ ਦਾ ਲੰਬੀ ਲੀਡ ਰਾਸਤਮ ਸ਼ਾਹੀਨ ਕਬੱਡੀ ਕਲੱਬ ਦੇ ਕੋਲ ਉੱਧਰ ਬਸ਼ੀਰ ਅਹਿਮਦ ਟੱਕਰ ਹੋਈ ਨੌਜਵਾਨ ਦੀ ਬੱਲੇ ਲੱਗੇਗਾ ਪਤਾ ਮੁਹੰਮਦ ਸ਼ਕੀਲ ਦੇ ਨਾਲ ਹੋਵੇ ਟੱਕਰ ਇੱਧਰ ਕੱਢੀ ਦੀਆਂ ਕੱਟਾਂ ਕੱਟੀ ਤੇਜ਼ ਹੈ ਉਹ ਪਿਆ ਜਮੂਰ ਮੁੰਡੇ ਨੇ ਗੁੱਟ ਪਾਇਆ ਹੈ ਨਾ ਕਾਕਾ ਕੱਛੇ ਲਾਉਣ ਨੇ ਪਿਆ ਆਹੋ ਕਬੱਡੀ ਪਾਏਗਾ ਸੱਤ ਬਲੋਚ ਚੱਲ ਬਈ ਬਲੋਚਾ ਪਾ ਕਬੱਡੀ ਅਗਲੀ ਕਬੱਡੀ ਸੱਤ ਬਲੋਚ ਦੀ ਕਬੱਡੀ ਬੱਗੇ
रंग की पाई हुई निकल मारी पट्टा थापी तुर पे रब सच्चे करके याद नफीस मुद्दे दिखानिया एक कट बजते भाई मुंडे के खुच न हथ पाता है पर बलोच किलक किलक जान दिया आए मारो धारियां किलो बलोच दिया बलोच दिया तारियां बनदिया कर दी अल्लाह ने लाने तारियां मार के रखा करो कोई गल नहीं चल पी जटा पा कबड्डी मुहम्मद अरफान पाना जट पोले पोले पप्पा दराल मुंडा हमले वास्ते तैयार पर तैयार दो नंबर तो स्टार खालिद लगा है नाल खाला बबर शेर है खाला बुल्ला पुरिया अल्लाह मदाना दा रकार जाफी इस टाइम मदाना दे चंगे के बनाया जाफी पर ओ बनया काम नहीं है कहंदा खालिद नो मैंने मनिया के तरना मैं पुरानी कौडी खेलने पर नहीं माना जट पाकिस्तान का स्टार कबड्डी प्लेयर अगली कबड्डी पाने वास्ते मुल्ला पुरिया बबर शेर हाफिज मुहम्मद आसम हासम करता प्या है किन्ने कमाल हाफिज डबरू बने है जो बेमिसाल हाफिज मान बन के जो पंजा पानिया का उधर वेखो नफीस कुत्ते की चढ़ाई है पाकिस्तान के सब तो एक नंबर जाफी नैशनल कबड्डी चैंपियनशिप 2018 का सब तो प्रमुख जाफी जाफी का इनाम बनता बनता 1000 रुपया सदके जावा जवेद गुलाब की तरफों 1000 रुपया नफीस कुत्ते का मान सम्मान मैं करी फिर शुक्रिया अदा करता मेरे वीर मुल्ला गुज्जर साहब इन्होंने चौधरी मुहम्मद जवेद गुज्जर साहब जवेद गुलाब साहे खुश आमदीद कबड्डी पाने वास्ते राणा मुहम्मद आतफ अगली कबड्डी के उड्डी कहता कौडी कौडी करता मैं आ गया मैदान में मलक मुहम्मद राशिद बल्ले उधर राणे आती दी तट्टा मलक राशिद के धक्के कहता नहीं जित कहीं जाना मैं जाना नहीं हार के नंबर राणे मुहम्मद आतफ का अब दूसर की कबड्डी पाता पाया नौजवान थोड़ी कबड्डी पा रहा है गभरू सत बलोच एक फिर फेस फलक शेर साहब का शुक्रिया अदा करता और कल में जो बंदा सब तो पहला 100 बंदा आएगा उन्होंने टिकट सुबेद गुलाब की फर्म की तरफ अदा किया जाएगा चौधरी जवेद गुज्जर साहब अदा करेंगे नफीस गुज्जर की पुट्ठी पै गई है इतना जमीन पता हो गया है हम तालियां मार के उपरा नफीस गुज्जर रोहित भाई जवेद गुज्जर जी नेशनल तेरे अनिका माना है सर छोटा माना 56 जीम के छोटे घेला बबर शेर पाकिस्तान बाबका वास्ता एशियन स्टाइल कबड्डी का करनाट प्लेयर छोटा माना 1000 रुपया मुंडे का इनाम कबड्डी पाएगा वा माना चल भी मान्य गटा पा हाँ कबड्डी इस नौजवान ने पंजाब के कश्मीर तो लैके गवादर तक धूड़ा पट्टिया मुंडे ने ना लगा है बशीर शकील अहमद हले तक मुंडे ने गिटा खेलना दोवे लत्ता काबू कर लिया करना इतने लगेगा पता बल्ले 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 है जाफी नंबर तेरा है जी मानिया तेरे हसन के सदके जावा है कोई गल नहीं कहना जवाना नंबर तेरा इस जाफी दिया तालियां मार दो तुम सौ लगेगा तालियां ना मारे कप्तान भी जफा होया कोई गल नहीं और मोहतरम चौधरी सफ्तर नंबरदार साहब इन्होंने कमेंटेटर वास्ते इनाम आया मार इधर देखो जी 2000 रुपया इस जाफी का इनाम इस नौजवान बबर शेर का इनाम बशीर अहमद का इस नौजवान ने तगड़ा जत्था मारिया 2000 रुपया जमीन लाभ तरफ मार सकते हैं नंबरदार साहब साढ़े मुहब्बत का बहुत शुक्रिया तो साढ़े वास्ते इनाम भेजिया जिंदाबाद जी इधर जी कबड्डी वड्डे जी चल पे वड्डुआ पा कबड्डी देर की कबड्डी का पाकिस्तान का तेज रफ्तार कबड्डर ना है मुंडे का वड्डू मलक राशन ने भारत तो लिया हाए कहता कोदी चक ला सलखड़े यारा पैर खा ले भखड़े ने पैर खा ले भखड़े ने नंबर मलक राशिद का सदके जावा नंबर मलक राशिद का कबड्डी पाएगा सात बलोच एक करी फिर बलोच टाइम लाहौर तो करोड़ पक्के का सब तो तेज रफ्तार कबड्डर नौजवान सात बलोच चल गई बलोचा पाह कबड्डी कहता घट ने जो पालन वाले होंगे ने बहुते रुख तो पालन वाले होंगे ने सदके जावा नौजवान सत बलोच ने नंबर का किया वाधा सदके अगर साथ आमिर शकील बदेशा साहब वालों 500 रुपया बलोच का 1000 रुपया कहते कमेंटेटर ने मैं देने लगा इन्हों का बहुत शुक्रिया जी इधर कोई कबड्डी मुहम्मद इरफान माना जट लुबे हानिया बल्ले नौजवाना पा हाँ कबड्डी सदके आओ लगा दो नंबर का मुंडा करे फिर मलक राशन ने की चढ़ाई पगल भरी है मुंडा को पक्का कर दिया कब आए आए जट नंबर कबड्डर का नंबर एक कई फिर कबड्डर का सरदार जैसर बोगर साहब मेरे ग्राउंड चुनाव आप का बहुत शुक्रिया मेरे बंदे मैच मुक्या वा मोहना 45 सेकंड रह गए इधर आप बबल इधर इनाम और भाई लोगों टिकट भरी है बंदे बह जाओ खुदा का वास्ता जो बंदे ग्राउंड छड़ दे फसदे कुछ अगले मैच अगर कोई बंदा ग्राउंड के अंदर आया तो मैच रोक
ਕਿਉਂਕਿ ਆਪਾਂ ਲੋਕਾਂ ਨੂੰ ਇੰਟਰਟੇਨ ਕਰਨ ਵਾਸਤੇ ਮੇਲਾ ਸਜਾਇਆ, ਅਗਰ ਲੋਕਾਂ ਨੂੰ ਮਜ਼ਾ ਨਾ ਆਇਆ ਤਾਂ ਫਿਰ ਗੱਲ ਤੇ ਕੋਈ ਨਾ ਹੋਈ, ਸਿਲੈਕਸ਼ਨ ਨਹੀਂ ਗੰਦਾ ਕੋਈ ਨਾ ਕਰਾਉਂਦੇ ਰਹੇਗਾ। ਚੱਲ ਪਏ ਰਾਣਾ ਮੁਹੰਮਦ ਆਪਸ ਅਗਲੀ ਕਬੱਡੀ ਪਾਉਣ ਵਾਸਤੇ 418 ਦਾ ਬੱਬਰ ਸ਼ੇਰ, ਬਾਬੇ ਰਮਜ਼ਾਨ ਪੁੱਤਰ ਦਾ ਸ਼ੇਰ, ਠੱਪੀ ਕੰਨੀਆਂ ਮੁੰਡਾ ਲੱਗੇ ਹਾਂ ਅੱਗੇ ਜੱਫਾ ਮਾਰ ਕੇ ਮੈਂ 2000 ਰੁਪਏ ਆਪਣੇ ਨਾਲ ਕੀਤਾ ਹੈ। ਇੱਕ ਵਾਰੀ ਦਾ ਪਤਾ ਮੁੰਡਾ ਬੜੀ ਰਹਿਤਾ ਹੈ, ਬਾਪ ਪਤਾ ਕੀ ਹੈ ਪੁੱਜਾ ਪਰ ਨੰਬਰ ਦਾ ਬਦਲ ਦਾ ਨੰਬਰ ਦਾ ਬਦਲ ਦਾ ਬਾਦ ਜੀ ਸਾਹਿਬ ਜਿੰਦਾ ਬਾਦ ਬਦਰੂ ਤਗੜਾ ਹੈ, ਅੱਲਾ ਕਬਰ ਕਰੇ ਆਸਰ ਮੁੰਡਾ ਅੱਗੇ ਬੱਬਰ ਸ਼ੇਰ ਮੈਚ ਗਿਆ ਜੋ ਮੁੱਕ ਮੇਰਾ ਪੂਰਾ ਦੱਸੇਗਾ ਹੁਣੇ ਕਿ ਨੰਬਰਾਂ ਦੀ ਸੂਰਤ ਹਾਲ।